appreciate what the children have done on stage. It takes courage, lot of effort and hard work for them to reach this stage, which is the Youth Festival. Hello, we are from Guru Nanak National College and we are preparing for Manjira dance. It is a Rajasthani form aur hum sab bahut mehnat kar rahe hain sabke liye. And abhi hum apna chuda arrange kar rahe hain. Hamari parso performance hai aur hame bahut dar lag raha hai, but hame first position leni hai aur uske liye hum hard work kar rahe hain. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਫਰਿਆਦ ਅਲੀ ਆ ਅਤੇ ਮੈਂ ਗੁਰੂ ਨਾਨਕ ਨੈਸ਼ਨਲ ਕਾਲਜ ਦਾ ਵਿਦਿਆਰਥੀ ਹਾਂ ਅਤੇ ਸਾਡਾ ਗਰੁੱਪ ਸੌਂਗ ਵੀ ਐਤਕੀ ਫਸਟ ਆਇਆ ਅਤੇ ਗਰੁੱਪ ਸ਼ਬਦ ਵੀ ਫਸਟ ਆਇਆ. ਇਹ ਸਾਰਾ ਸਾਡੇ ਰਾਮਪਾਲ ਸਰ ਬਹੁਤ ਜਾਣੀ ਸਖਤ ਦੇ ਨਾਲ ਮਿਹਨਤ ਕਰਵਾਈ ਆ ਸਾਨੂੰ ਅਤੇ ਅਸੀਂ ਸਾਨੂੰ ਉਮੀਦ ਸੀਗੀ ਵੀ ਅਸੀਂ ਇੰਨੀ ਮਿਹਨਤ ਕਰ ਰਹੇ ਹਾਂ ਅਤੇ ਅਸੀਂ ਸਫਲ ਜ਼ਰੂਰ ਹੋਵਾਂਗੇ. ਇਹ ਸਾਰਾ ਕ੍ਰੈਡਿਟ ਉਹਨਾਂ ਨੂੰ, ਰਾਮਪਾਲ ਸਰ ਨੂੰ ਹੀ ਜਾਂਦਾ. ਅਤੇ ਬਾਕੀ ਮੈਂ ਹੁਣ ਲੋਕ ਗੀਤ ਦੇ ਵਿੱਚ ਵੀ ਪਾਰਟੀਸਪੇਟ ਕੀਤਾ ਜੀ. ਅਤੇ ਸਰ ਸਾਡੇ ਇੱਕ ਗੱਲ ਕਹਿੰਦੇ ਹੁੰਦੇ, ਬੇਟਾ ਪ੍ਰਾਈਜ਼ 'ਤੇ ਨਾ ਜਾਓ, ਬਸ ਆਪਣੀ ਪਰਫੋਰਮੈਂਸ ਵਧੀਆ ਦਿਓ, ਬਸ ਵਧੀਆ ਤਰੀਕੇ ਨਾਲ ਲੋਕਾਂ ਨੂੰ ਵਧੀਆ ਲੱਗੇ. ਥੈਂਕ ਯੂ. ਸਾਰਿਆਂ ਨੂੰ, ਮੈਂ ਗੁਰਕੀਰਤ ਕੌਰ, ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ ਬੀ ਏ ਮਿਊਜ਼ਿਕ ਦੀ ਵਿਦਿਆਰਥਣ ਹਾਂ. ਅੱਜ ਅਸੀਂ ਗਰੁੱਪ ਸੌਂਗ ਪਰਫੋਰਮ ਕੀਤਾ ਜਿਹਦੇ ਵਿੱਚ ਅਸੀਂ ਵਿਨ ਵੀ ਕੀਤਾ ਅਤੇ ਸਾਨੂੰ ਬਹੁਤ ਖੁਸ਼ੀ ਹੈ. ਅਤੇ ਹੁਣ ਮੈਂ ਗਜ਼ਲ ਪਰਫੋਰਮ ਕਰਨ ਜਾ ਰਹੀ ਹਾਂ. ਆਈ ਹੋਪ ਕਿ ਮੈਂ ਉਹ ਵੀ ਵਿਨ ਕਰਾਂ. ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕਰੂੰਗੀ ਕਿ ਉਹ ਵੀ ਵਿਨ ਕਰਾਂ. ਕੱਲ 24 ਤਰੀਕ ਨੂੰ ਸਟੇਜ ਦੀਆਂ ਆਈਟਮਸ ਦੇ ਵਿੱਚ ਗਰੁੱਪ ਸ਼ਬਦ, ਗਰੁੱਪ ਸੌਂਗ, ਲੋਕ ਗੀਤ, ਗਜ਼ਲ ਦੇ ਮੁਕਾਬਲੇ ਹੋਏ. ਇਹਨਾਂ ਪ੍ਰੋਗਰਾਮਾਂ ਦੇ ਵਿੱਚ ਗੁਰੂ ਨਾਨਕ ਨੈਸ਼ਨਲ ਕਾਲਜ ਦਰਾਹੇ ਨੇ ਬਹੁਤ ਇਨਾਮ ਜਿੱਤੇ. ਅਤੇ ਅੱਜ ਦੂਸਰੇ ਦਿਨ ਵੀ ਥੀਏਟਰੀਕਲ ਆਈਟਮ ਦੇ ਨਾਲ ਨਾਲ ਔਨ ਦੀ ਸਪੋਰਟ ਪੇਂਟਿੰਗ ਮੁਕਾਬਲੇ ਹੋਣੇ ਆ. ਥੀਏਟਰ ਦੇ ਵਿੱਚ ਵਨ ਐਕਟ ਪਲੇ ਹੈ, ਸਕਿੱਟ ਦੇ ਵਿੱਚ ਬੱਚੇ ਆਪਣੀ ਕਲਾਕਾਰੀ ਦਿਖਾਉਣਗੇ, ਮਾਈਮ ਦੇ ਵਿੱਚ ਉਹਨਾਂ ਦੀ ਕਲਾਕਾਰੀ ਹੋਊਗੀ, ਨਾਲ ਦੀ ਨਾਲ ਕਲਾਸੀਕਲ ਮਿਊਜ਼ਿਕ ਦੇ ਵਿੱਚ ਜੋ ਪ੍ਰਕਸ਼ਨ, ਨੌਨ ਪ੍ਰਕਸ਼ਨ, ਇੰਡੀਅਨ ਔਰਕੈਸਟਰਾ ਦੇ ਵਿੱਚ ਵਿਦਿਆਰਥੀ ਅੱਜ ਆਪਣੀ ਜ਼ੋਰ ਅਜ਼ਮਾਇਸ਼ ਕਰਨਗੇ. ਸੈਂਟਰ ਲੁਧਿਆਣਾ ਸੇ ਯਹਾਂ ਪੇ ਕੁਇਜ਼ ਮੇਂ ਪਾਰਟੀਸਿਪੇਟ ਕਰਨੇ ਆਏ ਥੇ ਐਂਡ ਇਟ ਵਾਜ਼ ਅ ਵੈਰੀ ਗੁੱਡ ਐਕਸਪੀਰੀਅੰਸ. ਯਹਾਂ ਪੇ ਹਮਨੇ ਕੁਇਜ਼ ਮੇਂ ਬਹੁਤ ਕੁਝ ਸਿੱਖਾ. ਬਹੁਤ ਅੱਛਾ ਲੱਗ ਰਿਹਾ ਹੈ ਯਹਾਂ ਕੇ, ਬਹੁਤ ਸਭ ਕੁਝ ਸਿਸਟਮੈਟਿਕ ਵੇ ਮੇਂ ਹੋ ਰਿਹਾ ਹੈ. ਅੱਜ ਗੁਰੂ ਨਾਨਕ ਨੈਸ਼ਨਲ ਕਾਲਜ ਦਰਾਹਾ ਦੇ ਵਿੱਚ ਯੂਥ ਫੈਸਟੀਵਲ ਚੱਲ ਰਿਹਾ ਹੈ ਅਤੇ ਸਾਡੀ ਟੀਮ ਨੇ ਅੱਜ ਪਰਫੋਰਮ ਕਰਨ ਲਈ ਜਾਣਾ ਕੰਪੀਟੀਸ਼ਨ ਦੇ ਵਿੱਚ. ਅਸੀਂ ਆਪਣੇ ਵੱਲੋਂ ਪੂਰਾ ਜ਼ੋਰ ਦੇ ਨਾਲ ਆਪਣਾ 100% ਦੇ ਕੇ ਆਵਾਂਗੇ ਤਾਂ ਕਿ ਅਸੀਂ ਅੱਜ ਆਪਣੀ ਫਤਿਹ ਬੁਲਾ ਸਕੀਏ. ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਜਦੋਂ ਅਸੀਂ ਯੁਵਕ ਮੇਲੇ ਕਰਾਉਂਦੇ ਹਾਂ ਤਾਂ ਵਿਦਿਆਰਥੀਆਂ ਦੇ ਵਿੱਚ ਬੇਹੱਦ ਉਤਸ਼ਾਹ ਹੁੰਦਾ. ਸਾਡੇ ਪ੍ਰਿੰਸੀਪਲ ਸਾਹਿਬਾਨ, ਅਧਿਆਪਕਾਂ ਦੀ ਮਿਹਨਤ ਹੈ ਜਿਹੜੀ, ਉਹ ਵਿਦਿਆਰਥੀਆਂ ਦੀ ਕਲਾ ਨੂੰ ਉਭਾਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਉਹ ਪਾਉਂਦੀ ਆ.
इस वेले गुरु नानक नैशनल कॉलेज दुराहा दे विच लुधियाना ए जोन का पंजाब यूनिवर्सिटी वालों करवाया जाने वाला जोनल फैसटिवल तो हैरीटेज फैसटिवल चल रहा है जेड़ा पिछले तीन दिन तो चल रहा है आज तीसरा दिन है और कल का दिन ये मेला होर चलना है और सारे कॉलेजों ने जो 15 कॉलेज इस जोन चाहते हैं उन्होंने बढ़ चढ़ के हिस्सा लिया लगभग 60 आइटम प्ले होनिया ने पूरे जोनल यूथ फैसटिवल साडा कॉलेज 60 आइटमों में हिस्सा ले रहा और हुण तक तीसरे दिन तक साडा कॉलेज सारे कॉलेजों नालों वध नंबर लैके मोहरी है और सानू पूरी उम्मीद है कि जिहड़ी यूनिवर्सिटी वालों हर जोन में एक ट्रॉफी दी जाती है वो पिछले साल वांग इस साल भी साडा कॉलेज ही जितेगा और इस जित लई सारे विद्यार्थी उन्हां दी मेहनत ते उन्हां दी जिहड़ी टीम हुंदी है इंचार्ज टीम जिन्होंने मेहनत करवाई है वो वधाई दे जिम्मेवार है। And our college has given them various opportunities, like maybe showcasing the talent under a tree, showcasing the talent on the lawn, showcasing the talent in the classroom. This is what we encourage, and this is what we need to encourage to take out this raw talent which these children have. Today, people, all the kids participating from our college, basically are raw talent. Or they have done a little bit in their school and they joined us. But we put all these people together, get this raw talent together and make it into a fine art. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਸੀਂ ਗੁਰੂ ਨਾਨਕ ਨੈਸ਼ਨਲ ਕਾਲਜ ਦਰਾਹਾ ਦੇ ਵਿਦਿਆਰਥੀ ਹਾਂ ਅਤੇ ਅਸੀਂ ਗਿੱਧਾ ਟੀਮ ਨੂੰ ਬਿਲੋਂਗ ਕਰਦੇ ਹਾਂ। ਥੋੜ੍ਹੀ ਦੇਰ ਵਿੱਚ ਸਾਡੀ ਪਰਫੋਰਮੈਂਸ ਹੋਣ ਜਾ ਰਹੀ ਆ ਅਤੇ ਸਾਨੂੰ ਪੂਰੀ ਉਮੀਦ ਆ ਕਿ ਅਸੀਂ ਜਿੱਤ ਕੇ ਆਵਾਂਗੇ ਅਤੇ ਅਸੀਂ ਆਪਣੀ ਵਧੀਆ ਤੋਂ ਵਧੀਆ ਪਰਫੋਰਮ ਕਰਾਂਗੇ, ਬੈਸਟ ਦੇਣ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ। ਗੁਰੂ ਨਾਨਕ ਨੈਸ਼ਨਲ ਕਾਲਜ ਦਰਾਹਾ ਵਿਖੇ ਪੰਜਾਬ ਯੂਨੀਵਰਸਿਟੀ ਦੇ ਜ਼ੋਨਲ ਯੂਥ ਅਤੇ ਹੈਰੀਟੇਜ ਫੈਸਟੀਵਲ ਲੁਧਿਆਣਾ ਜ਼ੋਨ ਏ ਦਾ ਮੁਕਾਬਲੇ ਚੱਲ ਰਹੇ ਹੈ। ਇਹ 24 ਸਪਟੈਂਬਰ ਤੋਂ 27 ਸਪਟੈਂਬਰ ਤੱਕ ਚੱਲ ਰਿਹਾ, ਅੱਜ ਅਖੀਰਲਾ ਦਿਨ ਹੈ। ਇਸ ਜ਼ੋਨ ਦੇ ਵਿੱਚ ਪੰਜਾਬ ਯੂਨੀਵਰਸਿਟੀ ਨਾਲ ਐਫੀਲੇਟਡ ਲੁਧਿਆਣੇ ਹਲਕੇ ਦੇ 15 ਕਾਲਜ ਜਿਹੜੇ ਆ ਉਹ ਹਿੱਸਾ ਲੈ ਰਹੇ ਹੈ। Being there, participating and giving us great pride and joy after winning what the items you have done. Thank you very much, and I'm proud of all my staff, all my class 4 employees, all the children who have participated, all the outside people who have helped out, like the police and the local administration, and definitely the management and all the members with me who stand by what we decide on this day.